ਮੁੰਡੇ ਤੋਂ ਬਣ ਗਿਆ ਕੁੜੀ ਭਾਰਤੀ ਕ੍ਰਿਕਟ ਦੇ ਬੇਟੇ ਨੇ ਆਖਰਕਾਰ ਅਜੀਹਾ ਕਿਉਂ ਕੀਤਾ ਮਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਦਰਅਸਲ ਖੇਡ ਜਗਤ ਦੇ ਵਿੱਚ ਇੱਕ ਖਬਰ ਕਾਫੀ ਸੁਰਖੀਆਂ ਬਟੋਰੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟਰ ਦੇ ਬੇਟੇ ਨੇ ਆਪਣਾ ਲਿੰਗ ਬਦਲ ਲਿਆ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਆਖਰਕਾਰ ਉਹ ਭਾਰਤੀ ਕ੍ਰਿਕਟਰ ਕੌਣ ਹੈ ਦਾ ਇਸ ਜਾਣਕਾਰੀ ਵਾਸਤੇ ਤੁਹਾਨੂੰ ਦੱਸਦੀ ਏ ਕਿ ਭਾਰਤੀ ਕ੍ਰਿਕਟਰ ਸੰਜੇ ਭਾਂਗੜਹਾਨ ਸੰਜੇ ਭਾਂਗੜ ਦੇ بیٹے ਆਰਿਆਨ ਭਾਂਗੜ ਨੇ ਹਾਲ ਹੀ ਦੇ ਵਿੱਚ ਆਪਣਾ ਲਿੰਗ ਪਰਿਵਰਤਨ ਕਰਵਾਇਆ ਹੈ। ਉਹ ਇੱਕ ਲੜਕੀ ਬਣ ਚੁੱਕੇ ਨੇ। ਲਿੰਗ ਪਰਿਵਰਤਨ ਤੋਂ ਬਾਅਦ ਆਰਿਆਨ ਭਾਂਗੜ ਨੇ ਆਪਣਾ ਨਾਮ ਬਦਲ ਲਿਆ ਅਨਾਇਆ ਭਾਂਗੜ ਰੱਖ ਦਿੱਤਾ। ਅਨਾਇਆ ਨੇ ਆਪਣੇ ਇੰਸਟਾਗ੍ਰam ਤੇ ਆਪਣਾ ਸਫ਼ਰ ਦਾ ਖੁਲਾਸਾ ਵੀ ਕੀਤਾ। ਆਰਨ ਤੋਂ ਅਨਾਇਆ ਤੱਕ ਦਾ ਸਫਰ ਬਹੁਤ ਹੀ ਚੁਣੌਤੀਪੂਰਨ ਸੀ ਸਾਬਕਾ ਭਾਰਤੀ ਆਲ ਰਾਉਂਡਰ ਸੰਜੇ ਭਾਂਗਰ ਦੇ ਬੇਟੇ ਆਰਨ ਨੇ ਸੈਕਸਟੇਨ ਸਰਜਰੀ ਤੋਂ ਬਾਅਦ ਆਪਣੇ ਹਾਰਮੋਨਲ ਬਦਲਾ ਬਾਰੇ ਖੁੱਲ ਕੇ ਗੱਲ ਕੀਤੀ ਹੈ ਜਿਸ ਨੇ ਹੁਣ ਆਪਣਾ ਨਾਮ ਬਦਲ ਕੇ ਅਨਾਇਆ ਰੱਖ ਲਿਆ ਉਸ ਨੇ ਇੰਸਟਾਗ੍ਰam ਦੇ ਉੱਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਹਾਰਮੋਨਸ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਅਨਾਇਆ ਨੇ ਵੀ ਦੱਸਿਆ ਕਿ ਸਰਜਰੀ ਨੂੰ 11 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਅਨਾਯਦ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਪ੍ਰੋਫੈਸ਼ਨਲ ਤੌਰ ਤੇ ਕ੍ਰਿਕਟ ਖੇਡਣ ਦਾ ਮੇਰਾ ਸੁਪਨਾ ਹਮੇਸ਼ਾ ਮੁਸ਼ਕਲਾਂ ਨਾਲ ਭਰਿਆ ਰਿਹਾ ਹੈ ਸਵੇਰੇ ਸ਼ਾਮ ਸਖਤ ਮਿਹਨਤ ਕਰਨਾ ਮੈਦਾਨ ਤੇ ਅਭਿਆਸ ਕਰਨਾ ਅਤੇ ਦੂਜਿਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਮੈਨੂੰ ਹਰ ਕਦਮ ਤੇ ਸੰਘਰਸ਼ ਕਰਨਾ ਪਿਆ अनایا ਨੇ ਐਸੇ ਪੋਸਟ ਵਿੱਚ ਅੱਗੇ ਲਿਖਿਆ ਪਰ ਕ੍ਰਿਕਟ ਤੋਂ ਇਲਾਵਾ ਇੱਕ ਹੋਰ ਸਫ਼ਰ ਸੀ ਆਪਣੇ ਅਸਲ ਪਹਿਚਾਨ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਸੀ ਕਿਉਂਕਿ ਮੈਨੂੰ ਆਪਣੇ ਆਪ ਨੂੰ ਸਮਝਣ ਅਤੇ ਆਪਣੀ ਅਸਲ ਪਹਿਚਾਨ ਨੂੰ ਗਲੇ ਲਗਾਉਣ ਦੇ ਲਈ ਬਹੁਤ ਮੁਸ਼ਕਿਲ ਫੈਸਲਾ ਲੈਣਾ ਪਿਆ ਆਰਾਮ ਛੱਡਣਾ ਅਤੇ ਆਪਣੇ ਲਈ ਖੜੇ ਹੋਣ ਦੀ ਚੀਜ਼ ਪਰ ਮੈਂ ਇਹ ਕੀਤਾ ਸੰਜੇ ਭਾਂਗੜ ਦਾ ਕ੍ਰਿਕਟ ਕੈਰੀਅਰ ਤੇ ਇੱਕ ਝਾਤੀ ਜ਼ਰੂਰ ਮਾਰਾਂਗੇ ਆਰਣ ਦੇ ਪਿਤਾ ਸੰਜੇ ਭਾਂਗੜ ਖੁਦ ਭਾਰਤੀ ਕ੍ਰਿਕਟਰ ਦੇ ਮਹਾਨ ਖਿਡਾਰੀ ਸਨ ਉਹ 2014 ਤੋਂ 2018 ਤੱਕ ਭਾਰਤੀ ਟੀਮ ਦੇ ਬੱਲੇਬਾਜ਼ ਕੋਚ ਰਹੇ ਅਤੇ ਆਈਪਲ 2022 ਦੇ ਵਿੱਚ ਰਾਇਲ ਚੈਲੈਂਜਰਸ ਬੈਂਗਲੌਰ ਦੇ ਮੁੱਖ ਕੋਚ ਵਜੋਂ ਵੀ ਕੰਮ ਕਰ ਚੁੱਕੇ ਨੇ ਸੰਜੇ ਭਾਂਗੜ ਨੇ 12 ਟੈਸਟ ਮੈਚਾਂ ਅਤੇ 15 ਵਨਡੇ ਮੈਚਾਂ ਦੇ ਵਿੱਚ ਭਾਰਤ ਦੀ ਨੁਮਾਇੰਦੀ ਕੀਤੀ ਇਸ ਖਬਰ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਨ। ਮੁੰਡੇ ਤੋਂ ਬਣ ਗਿਆ ਕੁੜੀ। ਭਾਰਤੀ ਕ੍ਰਿਕਟ ਦੇ بیٹے ਨੇ ਆਖਰਕਾਰ ਅਜੀਹਾ ਕਿਉਂ ਕੀਤਾ? ਮਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ। ਦਰਅਸਲ ਖੇਡ ਜਗਤ ਦੇ ਵਿੱਚ ਇੱਕ ਖਬਰ ਕਾਫੀ ਸੁਰਖੀਆਂ ਬਟੋਰੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟਰ ਦੇ بیٹے ਨੇ ਆਪਣਾ ਲਿੰਗ ਬਦਲ ਲਿਆ। ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਆਖਰਕਾਰ ਉਹ ਭਾਰਤੀ ਕ੍ਰਿਕਟਰ ਕੌਣ ਹੈ? ਤਾਂ ਇਸ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਦਈਏ ਕਿ ਭਾਰਤੀ క్రికెਟਰ ਸੰਜੇ ਭਾਂਗੜਹਾਨ ਸੰਜੇ ਭਾਂਗੜ ਦੇ بیٹے ਆਰਿਆਨ ਭਾਂਗੜ ਨੇ ਹਾਲ ਹੀ ਦੇ ਵਿੱਚ ਆਪਣਾ ਲਿੰਗ ਪਰਿਵਰਤਨ ਕਰਵਾਇਆ ਹੈ। ਉਹ ਇੱਕ ਲੜਕੀ ਬਣ ਚੁੱਕੇ ਨੇ। ਲਿੰਗ ਪਰਿਵਰਤਨ ਤੋਂ ਬਾਅਦ ਆਰਿਆਨ ਭਾਂਗੜ ਨੇ ਆਪਣਾ ਨਾਮ ਬਦਲ ਲਿਆ ਅਨਾਇਆ ਭਾਂਗੜ ਰੱਖ ਦਿੱਤਾ। ਅਨਾਇਆ ਨੇ ਆਪਣੇ ਇੰਸਟਾਗ੍ਰam ਤੇ ਆਪਣਾ ਸਫ਼ਰ ਦਾ ਖੁਲਾਸਾ ਵੀ ਕੀਤਾ। ਅਨਾਇਆ ਦਾ ਅਗਦਾ ਸਫਰ ਬਹੁਤ ਹੀ ਚੁਣੌਤੀਪੂਰਨ ਸੀ ਸਾਬਕਾ ਪ੍ਰਾਰਥੀਆ 올 ਰੌਂਡਰ ਸੰਜੇ ਭਾਂਗਰ ਦੇ ਬੇਟੇ ਆਰਐਨਐ 16 ਸਰਜਰੀ ਤੋਂ ਬਾਅਦ ਆਪਣੇ ਹਾਰਮੋਨਲ ਬਦਲਾ ਬਾਰੇ ਖੁੱਲ ਕੇ ਗੱਲ ਕੀਤੀ ਹੈ ਜਿਸ ਨੇ ਹੁਣ ਆਪਣਾ ਨਾਮ ਬਦਲ ਕੇ ਅਨਾਇਆ ਰੱਖ ਲਿਆ ਉਸਨੇ ਇੰਸਟਾਗ੍ਰam ਦੇ ਉੱਤੇ ਪੋਸਟ ਕਰੀਤੀ ਹੈ ਜਿਸ ਦੇ ਵਿੱਚ ਉਸਨੇ ਹਾਰਮੋਨਸ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਅਨਾਇਆ ਨੇ ਵੀ ਦੱਸਿਆ ਕਿ ਸਰਜਰੀ ਨੂੰ 11 ਮਹੀਨੇ ਦਾ ਸਮਾਂ ਹੋ ਚੁੱਕਿਆ ਅਨਾਯਦ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਪ੍ਰੋਫੈਸ਼ਨਲ ਤੌਰ ਤੇ ਕ੍ਰਿਕਟ ਖੇਡਣ ਦਾ ਮੇਰਾ ਸੁਪਨਾ ਹਮੇਸ਼ਾ ਮੁਸ਼ਕਲਾਂ ਨਾਲ ਭਰਿਆ ਰਿਹਾ ਹੈ ਸਵੇਰੇ ਸ਼ਾਮ ਸਖਤ ਮਿਹਨਤ ਕਰਨਾ ਮੈਦਾਨ ਤੇ ਅਭਿਆਸ ਕਰਨਾ ਅਤੇ ਦੂਜਿਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਮੈਨੂੰ ਹਰ ਕਦਮ ਤੇ ਸੰਘਰਸ਼ ਕਰਨਾ ਪਿਆ अनایا ਨੇ ਐਸੇ ਪੋਸਟ ਵਿੱਚ ਅੱਗੇ ਲਿਖਿਆ ਪਰ ਕ੍ਰਿਕਟ ਤੋਂ ਇਲਾਵਾ ਇੱਕ ਹੋਰ ਸਫ਼ਰ ਸੀ ਆਪਣੇ ਅਸਲ ਪਛਾਣ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਮੈਨੂੰ ਆਪਣੇ ਆਪ ਨੂੰ ਸਮਝਣ ਅਤੇ ਆਪਣੀ ਅਸਲ ਪਛਾਣ ਨੂੰ ਗਲੇ ਲਗਾਉਣ ਦੇ ਲਈ ਬਹੁਤ ਮੁਸ਼ਕਲ ਫੈਸਲਾ ਲੈਣਾ ਪਿਆ ਆਰਾਮ ਛੱਡਣਾ ਅਤੇ ਆਪਣੇ ਲਈ ਖੜੇ ਹੋਣ ਦੀ ਚੀਜ਼ ਪਰ ਮੈਂ ਇਹ ਕੀਤਾ ਸੰਜੇ ਭਾਂਗੜ ਦਾ ਕ੍ਰਿਕਟ ਕੈਰੀਅਰ ਤੇ ਇੱਕ ਛਾਤੀ ਜ਼ਰੂਰ ਮਾਰਾਂਗੇ ਆਰਣ ਦੇ ਪਿਤਾ ਸੰਜੇ ਭਾਂਗੜ ਖੁਦ ਭਾਰਤੀ ਕ੍ਰਿਕਟਰ ਦੇ ਮਹਾਨ ਖਿਡਾਰੀ ਸਨ ਉਹ 2014 ਤੋਂ 2018 ਤੱਕ ਭਾਰਤੀ ਟੀਮ ਦੇ ਬੱਲੇਬਾਜ਼ ਕੋਚ ਰਹੇ ਅਤੇ ਆਈਪਲ 2022 ਦੇ ਵਿੱਚ ਰਾਇਲ ਚੈਲੈਂਜਰਸ ਬੈਂਗਲੌਰ ਦੇ ਮੁੱਖ ਕੋਚ ਵਜੋਂ ਵੀ ਕੰਮ ਕਰ ਚੁੱਕੇ ਨੇ ਸੰਜੇ ਭਾਂਗੜ ਨੇ 12 ਟੈਸਟ ਮੈਚਾਂ ਅਤੇ 15 ਵਨਡੇ ਮੈਚਾਂ ਦੇ ਵਿੱਚ ਭਾਰਤ ਦੀ ਨੁਮਾਇੰਦੀ ਕੀਤੀ ਸੀ ਇਸ ਖਬਰ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਨ